ਦਿਨ ਦੇ ਇਸ ਪ੍ਰੋਗਰਾਮ ਵਿੱਚ ਜੋ ਇੱਕ ਵਿਚਾਰ ਲੜੀ ਵਾਰ ਚੱਲ ਰਹੀ ਹੈ ਕਰਮ ਸੰਸਕਾਰ ਸੁਭਾਅ ਕਰਮ ਬੀਜ ਹੈ ਕਿ ਜਦ ਕਰਮ ਕਰਤ ਬਣ ਜਾਏ ਮਾਨਸਿਕ ਜਾਂ ਸਰੀਰਕ ਉਸ ਵਿੱਚ ਮਨ ਸ਼ਾਮਲ ਹੋਵੇ ਤੋਂ ਬੀਜ ਬੋਇ ਆ ਗਿਆ ਸੰਸਕਾਰ ਬੀਜ ਅੰਕੁਰਿਤ ਹੋ ਗਿਆ ਬੀਜ ਫੋਟੋਪੇ ਹੈ ਇਹ ਨਿਕਲ ਰਿਹਾ ਬੂਟਾ ਬਣ ਕੇ ਬਾਹਰ ਪ੍ਰਗਟ ਹੋ ਗਿਆ ਵਾਰ-ਵਾਰ ਦਾ ਉਹੀ ਕਰਮ ਕਰਨਾ ਇਸ ਤਰ੍ਹਾਂ ਜਿਵੇਂ ਇਸ ਬੂਟੇ ਨੂੰ ਪਾਣੀ ਦੇਣਾ ਖਾਦ ਦੇਣਾ ਸੰਸਕਾਰਾਂ ਦਾ ਸੰਗ੍ਰਹਿ ਬਣ ਜਾਣਾ ਬੋਏ ਹੋਏ ਬੀਜ ਦਾ ਦਰਖਤ ਬਣ ਜਾਣਾ ਪੁਰ ਸੰਸਕਾਰਾਂ ਦਾ ਇਹ ਸੰਗ੍ਰਹਿ ਆਗਾ ਚਲ ਕੇ ਜਦ ਫਲ ਤੱਕ ਪੜਦਾ ਹੈ ਇਹਨੂੰ ਕਹਿੰਦੇ ਨੇ ਸੁਭਾਅ ਬੀਜ ਅੰਗ੍ਰਿਤ ਹੋਇਆ ਹੈ ਬ੍ਰਿਖਸ਼ ਬਣ ਗਿਆ ਦਰਖਤ ਬਣ ਗਿਆ ਫਿਰ ਫਲ ਬਣ ਗਿਆ ਇੱਕ ਵੇ ਮਨੁੱਖ ਜੋ ਕਰਮ ਕਰ ਰਿਹਾ ਹੈ ਇਹ ਉਸ ਦਾ ਸੁਭਾਅ ਨਹੀਂ ਹੈ ਸੋ ਚੰਗਾ ਚੈ ਮਾਰਾ ਬਾਣੀ ਪੜ ਰਿਹਾ ਕਿ ਇਹਦਾ ਸੁਭਾਅ ਨਹੀਂ ਛੁੱਟ ਸਕਦਾ ਕੁਝ ਗਲਤ ਕਰ ਰਿਹਾ ਹੈ ਬੇਈਮਾਨੀ ਕਰ ਰਿਹਾ ਹੈ ਝੂਠ ਬੋਲ ਰਿਹਾ ਹੈ ਇਹਦਾ ਸੁਭਾਅ ਨਹੀਂ ਹੈ ਛੁੱਟ ਸਕਦਾ ਸੰਸਕਾਰਾਂ ਦਾ ਸੰਗ੍ਰਹਿ ਬਣ ਗਿਆ ਤਾਂ ਵੀ ਛੁੱਟ ਸਕਦਾ ਹੈ ਹੱਲ ਬਣ ਗਿਆ ਸੁਭਾਅ ਬਣ ਗਿਆ ਤੋ ਫਿਰ ਸੁਭਾਅ ਵਿੱਚ ਜੀਣਾ ਹੀ ਪੈਣਾ ਚੋਰੀ ਜਿਸ ਦਾ ਸੁਭਾਅ ਹੈ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕਿਰਤ ਦੇ ਵਿੱਚ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਇੱਕਦਰੇ ਮੌਕਾ ਮਿਲਦਾ ਹੈ ਕਿਉਂਕਿ ਚੋਰੀ ਦਾ ਮੌਕਾ ਤੇ ਹਰ ਜਗ੍ਹਾ ਹੈ। ਦੋਰਾਚਾਰ ਜਿਸ ਦਾ ਸੁਭਾਅ ਹੈ ਦੋਰਾਚਾਰ ਹਰ ਵਕਤ ਅੰਦਰ ਚੱਲਦਾ ਹੈ। ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦਾ ਜਿੱਥੇ ਇੱਕਦਰੇ ਮੌਕਾ ਮਿਲ ਜਾਇਆ ਮੌਕਾ ਮਿਲ ਜਾਇਆ ਠੱਗੀ ਜਿਸ ਦਾ ਸੁਭਾਅ ਹੈ ਬੇਈਮਾਨੀ ਜਿਸ ਦਾ ਸੁਭਾਅ ਹੈ ਇਹ ਠੱਗੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਨਹੀਂ ਕਿ ਠੱਗ ਕਿਸੇ ਵਕਤ ਠੱਗ ਹੁੰਦਾ ਤੇ ਕਿਸੇ ਵਕਤ ਨਹੀਂ ਜਿਸ ਦਾ ਸੁਭਾਅ ਹੈ ਹਰ ਵਕਤ ਹੀ ਠੱਗ ਹੈ ਠੱਗੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਤ ਦੇਦੋਂ ਪ੍ਰਗਟ ਆਉਂਦੀ ਹੈ ਜਿਦੇ ਕਿਦਰੇ ਮੌਕਾ ਲੱਭੇ ਕਿਉਂਕਿ ਠੱਗੀ ਕਰਨ ਦਾ ਮੌਕਾ ਹਰ ਜਗ੍ਹਾ ਤੇ ਹਰ ਵਕਤ ਨਹੀਂ ਹੈ ਬੇਈਮਾਨੀ ਕਰਨ ਦਾ ਮੌਕਾ ਹਰ ਜਗ੍ਹਾ ਤੇ ਹਰ ਵਕਤ ਨਹੀਂ ਹੈ ਦੁਰਾਚਾਰ ਕਰਨ ਦਾ ਮੌਕਾ ਹਰ ਵਕਤ ਤੇ ਹਰ ਜਗ੍ਹਾ ਨਹੀਂ ਹੈ ਚੋਰੀ ਕਰਨ ਦਾ ਮੌਕਾ ਹਰ ਵਕਤ ਤੇ ਹਰ ਜਗ੍ਹਾ ਨਹੀਂ ਹੈ ਇਸ ਵਾਸਤੇ ਚੋਰੀ ਜਿਸ ਦਾ ਸੁਭਾਅ ਹੈ ਉਹ ਤੇ ਅੰਦਰ ਹਰ ਵਕਤ ਚੱਲਦੀ। ਕ੍ਰਿਤ ਦੇਚ ਉਹਦੋਂ ਪ੍ਰਗਟ ਹੁੰਦੀ ਏ ਕਿਦਰੇ ਮੌਕਾ ਮਿਲ ਗਏ। ਝੂਠ ਹਰ ਵਕਤ ਉਸ ਦੇ ਅੰਦਰ ਚੱਲਦਾ ਹੈ। ਕ੍ਰਿਤ ਦੇਚ ਉਹਦੋਂ ਪ੍ਰਗਟ ਹੁੰਦਾ ਜਿੱਥੇ ਮੌਕਾ ਬਣ ਜਾਂਦਾ ਹੈ। ਬੇਈਮਾਨੀ ਦੁਰਾਚਾਰ ਹਿੰਸਾ ਉਹਦੇ ਅੰਦਰ ਹਰ ਵਕਤ ਚੱਲਦੀ ਹੈ। ਕ੍ਰਿਤ ਉਦੋਂ ਬਣਦੀਏ ਜਿੱਦੜੇ ਕਿਦਰੇ ਮੌਕੇ ਮਿਲ ਜਰੈ ਦੂਸਰਾ ਦਇਆ ਜਿਸ ਦਾ ਸੁਭਾਅ ਹੈ ਦਇਆ ਉਸ ਦੇ ਵਿੱਚ ਹਰ ਵਕਤ ਆਉਂਦੀ ਹੈ ਇਹ ਨਹੀਂ ਸਵੇਰੇ ਦੇ ਆਲੂ ਹੈ ਤੇ ਸ਼ਾਮੇ ਕਟੋਰਾ ਹੋਗੇ ਕਿ ਦਇਆ ਉਸ ਦਾ ਸੁਭਾਅ ਨਹੀਂ ਅਗਰ ਸ਼ਾਮੇ ਕਟੋਰਾ ਹੋਗੇ ਦਇਆ ਜਿਸ ਦਾ ਸੁਭਾਅ ਹੈ ਦਇਆ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਕਿਦਰੇ ਲੋੜ ਪੈ ਜਾਵੇ ਇਹਨਾਂ ਦੋਨੋਂ ਕਥਿਆਨੋਂ ਜ਼ਰਾ ਗਹਿਰਾਈ ਨਾਲ ਸੁਣਨਾ ਹੈ ਕ੍ਰਿਤ ਦੇ ਚ ਚੋਰੀ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਮੌਕਾ ਬਣ ਜਾਵੇ ਕ੍ਰਿਤ ਦੇ ਚ ਦਇਆ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜਾਵੇ ਜਿੱਥੇ ਲੋੜ ਪੈ ਜਾਵੇ ਕਿਨੂੰ ਦਇਆ ਦੀ ਲੋੜ ਸਚਾਈ ਸਚ ਪਰਵਕਾਰ ਜਿਸ ਦਾ ਸੁਭਾਅ ਹੈ ਹਰ ਵਕਤ ਉਸ ਦੇ ਅੰਦਰ ਪਰਵਕਾਰ ਚੰਦਰ ਸ਼ੁਭ ਸੋਚਣਾ ਵੀ ਪਰਵਕਾਰ ਹੈ ਕਿਸੇ ਲਈ ਹਰ ਵਕਤ ਹਰੇਕ ਦਾ ਭਲਾ ਮੰਗਣਾ ਵੀ ਪਰਵਕਾਰ ਹੈ ਇੱਕ ਨੇਕ ਮਨੁੱਖ ਦੇ ਅੰਦਰ ਪਰਪੁਕਾਰੀ ਮਨੁੱਖ ਦੇ ਅੰਦਰ ਜਿਹਦਾ ਪਰਪੁਕਾਰ ਸੁਭਾਅ ਬਣ ਗਿਆ ਹੈ ਅਰਵਕ ਚੱਲਦਾ ਹੈ। ਕਿਰਤ ਦੇਚ ਉਹਦੋਂ ਪਰਪੁਕਾਰ ਪ੍ਰਗਟ ਹੁੰਦਾ ਜਿੱਤੇ ਇੱਕdre ਲੋੜ ਬੈਜ। ਇਸ ਤਰ੍ਹਾਂ ਇਹ ਦੋ ਤਰ੍ਹਾਂ ਦੇ ਸੁਭਾਵਾਂ ਦੇ ਮਨੁੱਖ ਸੰਸਾਰ ਦੇ ਛਾਉਂਦੇ ਨੇ। ਕੁਝ ਐਸੇ ਹੁੰਦੇ ਨੇ ਪਰਪੁਕਾਰ ਕਰਦੇ ਨੇ ਪਰਪੁਕਾਰ ਉਹਨਾਂ ਦਾ ਸੁਭਾਅ ਨਹੀਂ ਕਿਸੇ ਵਕ ਦੁਰਾਚਾਰ ਵੀ ਕਰ ਸਕਦਾ। ਵਾਣੇ ਪੜਦੇ ਨੇ ਵਾਣੇ ਜਪਣਾ ਉਹਨਾਂ ਦਾ ਸੁਭਾਅ ਨਹੀਂ ਹੈ ਇਸ ਤੋਂ ਉਲਟ ਗੰਦੇ ਗੀਤ ਵੀ ਅਲਪ ਸਕਦੇ ਨੇ ਗੁਰਦੁਆਰੇ ਆ ਰਹੇ ਨੇ ਉਹਨਾਂ ਦਾ ਕਰਮ ਹੈ ਸੰਸਕਾਰ ਨਹੀਂ ਹੈ ਕਿਸੇ ਵਕਤ ਕੁਸੰਗਤ ਵੀ ਕਰ ਸਕਦੇ ਨੇ ਇੱਕ ਕਈ ਦਿਨਾਂ ਤੋਂ ਦਾਸ ਆਪ ਜੀ ਦੇ ਸਾਹਮਣੇ ਵਿਚਾਰ ਰੱਖ ਰਿਹਾ ਗੁਰਵਾਣੀ ਐਸਾ ਕਹਿੰਦੀ ਹੈ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਪਰਉਪਕਾਰ ਜਿਸ ਦਾ ਸੁਭਾਅ ਬਣ ਗਿਆ ਹੈ ਕਰੋੜਾ ਦੁਰਾਚਾਰੀ ਮਿਲਨ ਉਹ ਸਦਾਚਾਰੀ ਰਹੇਗਾ ਉਹਦਾ ਸਦਾਚਾਰ ਦੁਰਾਚਾਰ ਵਿੱਚ ਨਹੀਂ ਬਦਲੇਗਾ ਸੱਚ ਤੇ ਸੰਤ ਹੋਣਾ ਜਿਹਦਾ ਸੁਭਾਅ ਹੈ हूँ करोड़ा दुष्ट मिल जान वो तो असंत नहीं होगा सुभाव हो है। संत होना उसका स्वभाव हो है और ये बड़ी परबल दलील दिखी है भगत कबीर ने संत न छत जे कोटक मिले असंत करोड़ा दुष्ट मिलन एक नहीं संत न छें संत ਜੇ ਕੋਟਕ ਮਲੇ ਅਸੰਤ ਮਲਿਆ ਗਰ ਭਯੰਗੰ ਬੇੜਿਓ ਤੋ ਸੀਤਨਤਾ ਨਾ ਤਜੰ ਹਜ਼ਾਰਾਂ ਸਭ ਚੰਦਨ ਨੂੰ ਲਿਪਟੇ ਹੋਏ ਨੇ ਚੰਦਨ ਤੇ ਉਹਨਾਂ ਨੂੰ ਵੀ ਠੰਡ ਦੇਈ ਜਾ ਰਹੀ ਹੈ ਉਹਨਾਂ ਨੂੰ ਵੀ ਮਹਿਕ ਦੇਈ ਜਾ ਰਿਹਾ ਹੈ ਕੋਈ ਦੁਰਗੰਧੀ ਨਹੀਂ ਦੇਂਦਾ ਤੇ ਸੱਪਾਂ ਨੂੰ ਜਲਾਉਂਦਾ ਨੇ ਭਾਵੇਂ ਹਜ਼ਾਰਾਂ ਦੁਸ਼ਟ ਮਿਲ ਜਾਣ ਤਾਂ ਵੀ ਸੰਤ ਦੁਸ਼ਟ ਨਹੀਂ ਆਇਆ ਸੁਭਾਅ ਹੈ ਪਰ ਸੰਤ ਹੋਣਾ ਸੁਭਾਅ ਨਹੀਂ ਸ਼ਾਇਦ ਇੱਕੋ ਹੀ ਦੁਸ਼ਟ ਇਹਨੂੰ ਦੁਸ਼ਟ ਬਣਾ ਦੇਵੇ ਇਹ ਵੀ ਮੈਰਜ਼ ਕਰ ਦੇ ਸਤਸੰਗੀ ਹੋਣਾ ਜਿਹਦਾ ਸੁਭਾਅ ਨਹੀਂ ਸ਼ਾਇਦ ਇੱਕ ਦਿਨ ਦੀ ਕੁਸੰਗਤੀ ਇਸਨੂੰ ਗਿਰਾ ਦੇਵੇ ਜਿਵੇਂ ਮੈਂ ਉਸ ਦਿਨ ਅਰਜ਼ ਕੀਤੀ ਸੀ ਕਿਸੇ ਵਕਤ ਜਦਾਸ ਵੈਣ ਕੋਹਾ ਆਉਂਦਾ ਸੀ ਮੈਂ ਕੁਝ ਨੌਜਵਾਨ ਐਸੇ ਦੇਖੇ ਜਿਨ੍ਹਾਂ ਨੇ ਕਬੂਲ ਕਰ ਲਿਆ ਥੋੜੀ ਟੇਪਾਂ ਸੁਣੀਆਂ ਨੇ ਅਸੀ ਗੁਰੂ ਦੀ ਮਹਰਦਾਰਨ ਕਰ ਲਈ ਮੈਂ ਹੁਣ ਪਤਨ ਦੇਖੇ ਨਾ ਨਹੀਂ ਇਸ ਸਿੱਖੀ ਸਰੂਪ ਉਹਨਾਂ ਦਾ ਸੁਭਾਅ ਨਹੀਂ ਸੀ ਪ੍ਰਭਾਵ ਕਬੂਲ ਕਰ ਲਿਆ ਟੇਪ ਸੁਣ ਕੇ ਕੇਸ ਰੱਖ ਲੈ ਗੁਰੂ ਦੀ ਰਹਿਤ ਵਹਿਤ ਰੱਖ ਲਈ ਕਿਦਰ ਇੱਕ ਦਿਨ ਦੀ ਕੁਸੰਗਤ ਹੋਈ ਗਿਆ ਸ ਦੇਖੇ ਨਾ हैरानगी हुई मैं हल्का जहां गेला भी किया खैर मुख्तसर में अर्ज करा सतसंगी कुसंगी हो सकता है सतसंगी जिसका स्वभाव नहीं भगत दुष्ट हो सकता है भगती जिसका सुभाव नहीं परोपकारी दुराचारी हो सकता है परोपकारी जिसका सिर्फ कर्म ही है सुभाव नहीं है ਏ ਖਿਆਲ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਜਿਸ ਦਲੀਲ ਦੇ ਰਾਹੀ ਸਪਸ਼ਟ ਕਰਦੇ ਨੇ ਉਹ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰਾਤੀ ਹੋਵਨ ਕਾਲੀਆਂ ਸੁਪੇ ਦਾਸੇ ਵਨ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਲੇ ਵਨ ਕਾਲੀ ਬੋਲੀ ਰਾਤ ਮਸਿਆਦੀ ਚੜੀਏ ਪਰ ਚਿਟੀਆਂ ਚੀਜ਼ਾਂ ਨੂੰ ਕਾਲਾ ਨਹੀਂ ਕਰ ਸਕੇ ਚਿਟੀਆਂ ਚੀਜ਼ਾਂ ਚਿਟੀਆਂ ਹੀ ਨੇ ਦੇਖੋ ਬੱਗਾ ਬੱਗਾ ਚਿੱਟਾ ਦਿਨ ਚਿੱਟਾ ਚਮਕੇ ਚੜੇ ਦੇਖੋ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵਨ ਇਹ ਚਿੱਟਾ ਦਿਨ ਚਾਰੋਂ ਪਾਸੇ ਚਿਟਿਆਈ ਫੈਲਾ ਦਿਤੀਏ ਇਸ ਸੂਰਜ ਨੇ ਪਰ ਕਾਲੀਆਂ ਚੀਜ਼ਾਂ ਨੂੰ ਚਟਾ ਨਹੀਂ ਕਰ ਸਕਦੇ ਸਤਿਗੁਰੂ ਕਹਿਣਾ ਕੀ ਚਾਹੁੰਦੇ ਨੇ ਸੁਭਾਅ ਨਹੀਂ ਬਦਲਦੇ ਕਰਮ ਬਦਲਦੇ ਖਤਰਾ ਉਸ ਦਿਨ ਹੋ ਜਾਂਦਾ ਹੈ ਜਦ ਦੁਸ਼ਟ ਕਰਮ ਸੁਭਾਅ ਬਣ ਜਾਵੇ ਸ਼ਰਾਬ ਪੀਣਾ ਸੁਭਾਅ ਬਣ ਗਿਆ ਹੁਣ ਚਾਹੇ ਡਾਕਟਰ ਕਹੇ ਚਾਹੇ ਵੈਦ ਕਹੇ ਚਾਹੇ ਗੁਰੂ ਕਹੇ ਚਾਹੇ ਕੋਈ ਵੀ ਕਹੇ ਨਹੀਂ ਛੱਡੇਗਾ ਸ਼ਰਾਬ ਪੀਣਾ ਕਰਮ ਨਹੀਂ ਹੈ ਸੰਸਕਾਰ ਨਹੀਂ ਹੈ ਦਾ ਸਵਾਭ ਬਣ ਗਏ ਤਮਾਕੂ ਪੀਣਾ ਸਵਾਭ ਬਣ ਗਏ ਨਸ਼ੇ ਕਰਨੇ ਸਵਾਭ ਬਣ ਗਏ ਨੇ ਮੈਂ ਕਈ ਕਰੋੜਾਪਤੀਆਂ ਦੇ ਬੱਚੇ ਰੁੱਲਦੇ ਦੇਖੇ ਨੇ ਭਾਰਤ ਵਿੱਚ ਥਾਈਲੈਂਡ ਵਿੱਚ ਮੇਰੇ ਸਾਹਮਣੇ ਨੇ ਕਰੋੜਾਪਤੀਆਂ ਦੇ ਵਿੱਚ ਨਸ਼ੇ ਦੀ ਆਦਤ ਬਣ ਗਈ ਸੁਭਾਅ ਬਣ ਗਈ ਜੀਵਨ ਦਾ ਸਾਰਾ ਵਿਕਾਸ ਹੀ ਰੁਕ ਗਿਆ ਤੋਂ ਮੈਂ ਅਰਜ਼ ਕਰਾਂ ਸੁਭਾਵ ਨਹੀਂ ਬਦਲਦੇ ਇਸ ਵਾਸਤੇ ਕਿਉਂਕਿ ਕਰਮ ਨੇ ਹੀ ਸੁਭਾਵ ਬਣਨਾ ਹੈ ਤੋਂ ਸਿਆਣੇ ਮਨੁੱਖ ਨੂੰ ਇਹ ਪਹਿਲ ਕਰਨੀ ਚਾਹੀਦੀ ਆਪਣੇ ਕਰਮ ਨੂੰ ਦੇਖੇ ਆਪਣੇ ਬੀਜ ਨੂੰ ਦੇਖੇ ਇਸੇ ਨੇ ਫਲ ਬਣਨਾ ਸਾਹਿਬ ਜਨ ਨੇ ਜੇ ਨਹੀਂ ਫਲ ਬਣਨਾ ਤੂੰ ਬੀਜ ਦੇ ਪ੍ਰਤੀ ਸੁਚੇਤ ਹੋ ਜਾ ਬ੍ਰੀਜ ਦੇ ਪ੍ਰਤੀ ਸਾਵਧਾਨ ਹੋ ਜਾ ਬੀਜ ਬ੍ਰਿਕਸ਼ ਬਣ ਕੇ ਜਦ ਫਲ ਬਣ ਗਿਆ ਫਿਰ ਤੇਰੇ ਵਸ ਦੀ ਗੱਲ ਨਹੀਂ ਰਹਿਣੀ ਇਹ ਦੇ ਉੱਤੇ ਜਿਹੜੀ ਪਰਮਨ ਦਲੀਲ ਇੱਕ ਪਾਵਨ ਪਵਿੱਤਰ ਬਾਗ ਦੇ ਚ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਅੰਮ੍ਰਿਤ ਵੇਲਾ ਸੀ ਭਗਵਨ ਗੁਰ ਨਾਨਕ ਦੇਵ ਜੀ ਮਹਾਰਾਜ ਆਪਣੀ ਮੌਜ ਦੇਚ ਇੱਕ ਸਰੋਵਰ ਦੇ ਕੰਡੇ ਬੈਠੇ ਨੇ ਬੜਾ ਸੁੰਦਰ ਦ੍ਰਿਸ਼ ਕਮਲ ਦੇ ਫੁੱਲਾਂ ਨਾਲ ਸਰੋਵਰ ਭਰੇ ਹੋਇਆ ਹੈ ਹਲਕਾ ਜਿਹਾ ਚਾਨਣਾ ਹੋਇਆ ਸਤਿਗੁਰ ਦੀ ਦ੍ਰਿਸ਼ਟੀ ਪਈ ਇੱਕ ਮਹਿ ਡਕਦੇ ਸਰੋਵਰ ਦੇ ਵਿੱਚ ਸੀ ਉਹ ਫਿਰ ਸਤਗੁਰ ਦੀ ਦ੍ਰਿਸ਼ਟੀ ਪਈ ਸਰੋਵਰ ਦੇ ਕਿਨਾਰੇ ਜਮੇ ਹੋਈ ਕਾਇਦੇ ਥੋੜਾ ਹੋਰ ਚਾਨਣਾ ਹੋਇਆ ਮਹਾਰਾਜ ਦੀ ਦ੍ਰਿਸ਼ਟੀ ਪਈ ਕੁਝ ਭੌਰਿਆਂ ਤੇ ਉੱਡ ਕੇ ਆਏ ਉਹ ਕਮਲ ਫੁੱਲ ਤੇ ਬੈਠ ਗਏ ਬੜਾ ਕੀਮਤੀ ਵਾਕ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਤਮਾ ਤੋਂ ਨਿਕਲੇ ਹੈ ਇਸ ਰੱਬੀ ਸ਼ਾਇਰ ਨੇ ਬੜਾ ਗਜ਼ਬ ਦਾ ਰੱਬੀ ਲਗਮਾ ਅਲਾਪ ਹੈ ਗਲਵਨ ਮਹਰੂ ਰਾਗ ਵਿੱਚ ਸਤਿਗੁਰੂ ਕਹਿੰਦੇ ਨੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰਹਿ ਪਦਮ ਕਮਲ ਫੁੱਲ ਨੂੰ ਕਹਿੰਦੇ ਨੇ ਇਹ ਇੱਕੋ ਹੀ ਫੁੱਲ ਹੈ ਜਿਹਦੇ ਸ਼ਬਦ ਕੋਸ਼ ਦੇ ਵਿੱਚ 18 ਨਾਮ ਲਿਖਿਆ ਹੈ ਕਮਲ ਨੂੰ ਸੋਰਬ ਕਹਿੰਦੇ ਨੇ ਸੁਗੰਧੀ ਵਾਲਾ ਕਮਲ ਨੂੰ ਕੰਜ ਕਹਿੰਦੇ ਨੇ ਚਿੱਕੜ ਤੋਂ ਪੈਦਾ ਹੋਇਆ ਕਮਲ ਨੂੰ ਸਾਰੰਗ ਕਹਿੰਦੇ ਨੇ ਕਮਲ ਨੂੰ ਬਾਰਜ ਕਹਿੰਦੇ ਨੇ ਕਮਲ ਨੂੰ ਪਦਮ ਕਹਿੰਦੇ ਨੇ ਬੇਸ਼ੁਮਾਰ ਇਸ ਦੇ ਨਾਮ ਨੇ ਧਾਰਮਿਕ ਅਸਥਾਨਾਂ ਦੇ ਜਿਹੜੇ ਗੁੰਬਦ ਬਣਾਏ ਜਾਂਦੇ ਨੇ ਉਹ ਕਮਲ ਦੇ ਪੱਤੇ ਪੰਖੜੀਆਂ ਉੱਪਰ ਬਣਾਈਆ ਕਮਲ ਨੂੰ ਇਸ ਤਰ੍ਹਾਂ ਦੇ ਜੋ ਹੈ ਬਣਾਏ ਜਾਂਦੇ ਫਿਰ ਭਿਰਗੂ ਜੋਤਸ਼ੀ ਨੇ ਕਿਹਾ ਜੇ ਜਿੰਦਗੀ ਕਮਲ ਦੀ ਤਰ੍ਹਾਂ ਹੋ ਜਾਂਦੀ ਏ ਨਿਰਲੇਪ ਉਹਦੇ ਹੱਥ ਵਿੱਚ ਵੀ ਪਦਮ ਬਣ ਜਾਂਦਾ ਜਾਂ ਪੈਰਾਂ 'ਚ ਵੀ ਪਦਮ ਬਣਦਾ ਉਹ ਇੰਜ ਕਹਿੰਦਾ ਸੀ ਇੱਕ ਅਲੱਗ ਪ੍ਰਕਰਣ ਹੈ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂ ਉਹਦੇ ਹੱਥਾਂ 'ਚ ਛਾਪ ਬਣ ਜਾਂਦੀ ਏ ਪਦਮ ਦੀ ਉਹਦੇ ਪੈਰਾਂ 'ਚ ਹੱਥ ਜਾਂ ਪੈਰਾਂ 'ਚ ਛਾਪ ਬਣ ਜਾਂਦੀ ਏ ਪਦਮ ਦੀ ਲਕੀਰਾਂ ਇਸ ਤਰ੍ਹਾਂ ਜਿਵੇਂ ਕਮਲ ਫੁੱਲ ਦੀਆਂ ਪੰਖੜੀਆਂ ਇਹਦੇ ਇਤਿਹਾਸਿਕ ਸਬੂਤ ਵੀ ਮਿਲਦੇ ਨੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਬਾਰੇ ਸ੍ਰੀ ਕ੍ਰਿਸ਼ਨ ਬਾਰੇ ਖੈਰ ਇੱਕ ਪਰਿਕਰਨ ਅਲੱਗ ਕਿਸੇ ਵੰਡ ਤੇ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਿਰਮਲ ਸਰੋਵਰ ਹੈ। ਬਿਮਲ ਬਿਮਲ ਮੈਲ ਤੋਂ ਬਿਨਾ ਬੇਮਲ ਮੈਲ ਨਹੀਂ ਹੈ ਬੇਮੈਲ ਹੈ। ਬੇਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਨਿਰਮਲ ਜਲ ਦੇ ਅੰਦਰ ਸਾਹਿਬ ਕਹਿੰਦੇ ਮੈਂ ਦੇਖਦਾ ਜਾਲਾ ਕਾਈ ਨਿਰਮਲ ਜਲ ਦੇ ਅੰਦਰ ਮੈਂ ਦੇਖਦਾ ਕਮਲ ਦਾ ਫੁੱਲ ਦੋਹਾ ਦਾ ਸੰਬੰਧ ਪਾਣੀ ਨਾਲ ਦੋਹਾਂ ਦੇ ਉਪਜ ਵੀ ਪਾਣੀ ਦੇ ਵਿੱਚ ਆ। ਪਾਣੀ ਦੇ ਵਿੱਚ ਆ। ਔਰ ਧਾਰਮਿਕ ਮਨੁਖ ਦਾ ਰੂਪ ਜਦ ਚੇਤਰਨ ਕਰਨਾ ਹੋਵੇ ਬਈ ਤੇ ਕਮਲ ਵੀ ਤਰ। ਗੁਰਵਾਣਿ ਚ ਇੱਕ ਜਗ੍ਹਾ ਨਹੀਂ ਬੇਸਤਰ ਜਗ੍ਹਾ ਹੈ। ਇਹ ਵੀ ਇੱਕ ਅਲੱਗ ਪ੍ਰਕਰਣ ਹੋਵੇਗਾ ਕਿਸੇ ਬਕਤ ਸਿੰਘ ਦਾ। ਪਾਣੀ ਦੇ ਚੋਂ ਹੀ ਕਾਈ ਪੈਦਾ ਹੋ ਰਹੀਏ ਕ੍ਰੂਪ ਹੈ ਦੁਰਗੰਧੀ ਹੈ ਪਾਣੀ ਦੇ ਚੋਂ ਹੀ ਕਮਲ ਪੈਦਾ ਹੋਇਆ ਹੈ ਸਰੂਪ ਹੈ ਸੁਗੰਧੀ ਹੈ ਦੋਹਾਂ ਦੀ ਉਤਪਤੀ ਪਾਣੀ ਵਿੱਚ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ ਸਤਸੰਗ ਬਿਮਲ ਹੈ ਮਹਿਲ ਤੋਂ ਬਿਨਾ ਪਾਣੀ ਨਿਰਮਲ ਜਲ ਹੈ ਇਹਦੇ ਵਿੱਚ ਕੁਝ ਮਨੁੱਖ ਤੇ ਕਮਲ ਫੁੱਲ ਦੀ ਤਰ੍ਹਾਂ ਹੁੰਦੇ ਨੇ ਸਰੂਪ ਲੈਂਦੇ ਨੇ ਸੁਗੰਧੀ ਲੈਂਦੇ ਨੇ ਕੁਝ ਮਨੁੱਖ ਕਾਇ ਦੀ ਤਰ੍ਹਾਂ ਹੁੰਦੇ ਨੇ ਕਾਇ ਦੀ ਤਰ੍ਹਾਂ ਕ੍ਰੂਪਤਾ ਲੈਂਦੇ ਨੇ ਦੁਰਗੰਧੀ ਲੈਂਦੇ ਨੇ ਸਰੂਪਤਾ ਨਾਲ ਕੋਈ ਮਤਲਬ ਹੀ ਨਹੀਂ ਸੁਗੰਧੀ ਨਾਲ ਕੋਈ ਮਤਲਬ ਹੀ ਨਹੀਂ ਇਹ ਉਹਨਾਂ ਦਾ ਸੁਭਾਅ ਨਹੀਂ ਇਕਾਈ ਦਾ ਸਵਾਹ ਹੈ ਕ੍ਰੂਪਤਾ ਲੈਣੀ ਦੁਰਗੰਧ ਲੈਣੀ ਬੇਸਤਰ ਮਨੁੱਖ ਇਸ ਤਰ੍ਹਾਂ ਦੇ ਜਦ ਧਾਰਮਿਕ ਮੰਦਰਾਂ ਦੇ ਵਿੱਚ ਵੀ ਆਉਂਦੇ ਨੇ ਉਹ ਕਮਲ ਦੀ ਤਰ੍ਹਾਂ ਨਹੀਂ ਆਉਂਦੇ ਕਾਈ ਦੀ ਤਰ੍ਹਾਂ ਆਉਂਦੇ ਇਹਨੂੰ ਬੜਾ ਖੋਲਿਆ ਹੈ ਭਾਈ ਗੁਰਬਾਸ ਨੇ ਵੀ خیر ਮੁਖਤਸਰ ਮੈਂ ਅਰਜ਼ ਕਰਾਂ ਫਿਰ ਅਗੋਂ ਸਤਿਗੁਰੂ ਕਹਿੰਦੇ ਨੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਦੇ ਕਾਈ ਦਾ ਸੰਗਤ ਦਾ ਕਮਲ ਨੂੰ ਦੋਖ ਨਹੀਂ ਲੱਗਦਾ ਵੀ ਜਦ ਕਾਈ ਕਰੂਪਤਾ ਲੈ ਰਹੀ ਏ ਤਾਂ ਮੈਂ ਵੀ ਕਰੂਪਤਾ ਲਵਾਂ ਕਾਈ ਦੁਰਗੰਧ ਲੈ ਰਹੀ ਏ ਤਾਂ ਮੈਂ ਵੀ ਦੁਰਗੰਧੀ ਲਵਾਂ ਪਾਣੀ ਤੋਂ ਕਮਲ ਦੀ ਸੰਗਤ ਦਾ ਕਾਇ ਤੇ ਵੀ ਕੋਈ ਅਸਰ ਨਹੀਂ ਪੈ ਰਿਹਾ। ਵੀ ਜਦ ਕਮਲ ਸਰੂਪ ਲੈ ਰਿਹਾ ਹੈ ਤਾਂ ਮੈਂ ਵੀ ਸਤ ਸੰਗ ਦੇ ਚੋਂ ਸਰੂਪ ਲਵਾਂ ਪ੍ਰਭੂ ਦਾ। ਰੱਬੀ ਗੁਣਾ ਦਾ। ਜਦ ਇਹ ਸੁਗੰਧ ਲੈ ਰਿਹਾ ਹੈ ਪਰਮਾਤਮਾ ਦੇ ਨਾਮ ਦੀ। ਤਾਂ ਮੈਂ ਵੀ ਲਵਾਂ ਨਹੀਂ ਕਮਲ ਦਾ ਆਪਣਾ ਸੁਭਾਅ ਕਾਇ ਦਾ ਆਪਣਾ ਸੁਭਾਅ। ਇਸ ਤਰੀਕੇ ਨਾਲ ਜ਼ਰੂਰ ਪੜਨਾ। 48 ਸਾਲ ਕਥਾ ਕਰਦੇ ਮੈਨੂੰ ਹੋ ਗਏ ਨੇ। मैं गुरुद्वार गुस्साखी माफ बहुती काय भी देखी है कमल भी देखे कुछ नहीं बदले जिमें कीड़ी घूमती है ना दीवार से देखती है सुराख कित है ये लोग बस खामियाँ ही लभ और कोई मतलब ही नहीं ओ खामी वो की खामी ओद की रब के गुण ने परमात्मा के गुण ने गुरबाणी की आखती है कोई मतलब नहीं ਕਾਈ ਇਸ ਸਰੋਵਰ ਦੇ ਵਿੱਚ ਕਾਈ ਆਉਂਦੀ ਹੈ ਇਹ ਸਰੋਵਰ ਦੇ ਕਿਨਾਰੇ ਆਉਂਦੇ ਨੇ ਮੱਝਧਾਰ ਦੇ ਵਿੱਚ ਨਹੀਂ ਹੁੰਦੀ ਮੱਝਧਾਰ ਦੇ ਵਿੱਚ ਤੇ ਕਮਲ ਹੁੰਦਾ ਇਹ ਵੀ ਮਿਲ ਸਕਦੇ ਇਹ ਹੁੰਦੇ ਵੀ ਕਿਨਾਰੇ ਕਿਨਾਰੇ ਇੱਕ ਪਾਸੇ ਲੇਕਿਨ ਬਿਲਕੁਲ ਜਮੇ ਹੋਈ ਕਾਈ ਦੀ ਤਰ੍ਹਾਂ ਦਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕੀਮਤੀ ਬਾਗ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰਹਿ ਹੁਣ ਸਤਿਗੁਰੂ ਦੀ ਦ੍ਰਿਸ਼ਟੀ ਪਈ ਮੈਂਡਕ ਤੇ ਮੈਂਡਕ ਨੂੰ ਸੰਸਕ੍ਰਿਤ ਦੇ ਚ ਦਾਦਰ ਕਹਿੰਦੇ ਔਰ ਦ੍ਰਿਸ਼ਟੀ ਪਈ ਬੌਰੇ ਮੈਂਡਕ ਨੇ ਸੰਬੰਧ ਜੋੜਾ ਕਾਈ ਨਾਲ ਉਹਦੇ ਚ ਜਿਹੜੇ ਕੀੜੇ ਮਕੋੜੇ ਨੇ ਖਾ ਰਹੇ ਬੌਰੇ ਨੇ ਸੰਬੰਧ ਜੋੜਿਆ ਕਮਲ ਨਾਲ ਉੱਥੇ ਬੈਠ ਗਿਆ ਕਮਲ ਵਿੱਚੋਂ ਰਸ ਕੱਢ ਰਿਹਾ ਦੋਵੇਂ ਜੀਵ ਨੇ ਦੋਹਾਂ ਚ ਜੀਵਨ ਹੈ ਇੱਕ ਦਾ ਸੰਬੰਧ ਕਾਈ ਨਾਲ ਇੱਕ ਦਾ ਸੰਬੰਧ ਕਮਲ ਦੇ ਫੁੱਲ ਨਾਲ ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਉਹ ਦੇਖਦੇ ਨੇ ਕੋ ਸੰਗੀ ਕਿਹੜਾ ਬੈਠਾ ਕਾਈ ਦੀ ਤਰ੍ਹਾਂ ਉਸੇ ਨਾਲ ਹੀ ਉਹਦਾ ਰਿਸ਼ਤਾ ਜੁੜਦਾ ਹੈ ਸਤਸੰਗੀਆਂ ਨਾਲ ਜਿਹੜੇ ਕਮਲ ਵਰਗੇ ਹੁੰਦੇ ਨੇ ਇਹ ਉਹਨਾਂ ਦੇ ਨੇੜੇ ਨਹੀਂ ਹੁੰਦੇ ਸਤਗੁਰੂ ਕਹਿੰਦੇ ਨੇ ਦਾਦਰ ਤੂੰ ਕਰੈ ਨਾ ਜਾਣਸਰੇ ਬੜੀ ਕੀਮਤੀ ਬੰਤੀ ਹੈ ਮੈਂ ਮੈਂਡਕ ਰਹਿੰਦਾ ਸਰੋਵਰ ਦੇ ਵਿੱਚ ਹੈ ਔਰ ਨਿਰਮਲ ਸਰੋਵਰ ਦੇਚ ਤੂੰ ਬਿਲਕੁਲ ਨਹੀਂ ਜਾਣਦਾ ਕਮਲ ਫੁੱਲ ਨੂੰ ਕਾਈ ਖਾਂਦਾ ਰਹਿਨੇ ਇਹਦੇ ਚ ਕੀੜੇ ਮਕੋੜੇ ਖਾਂਦਾ ਰਹਿਨੇ ਦਾਦਰ ਤੂੰ ਕਭੇ ਨਾ ਜਾਣਸ ਰੇ ਬਖਸ ਸਬਾਲ ਬਸਸ ਨਿਰਮਲ ਜਲ ਖਾਂਦਾ ਜਾਲੈਂ ਰਹਿਦਾ ਨਿਰਮਲ ਪਾਣੀ ਦੇਚ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਇਹ ਬਾਕ ਬੜਾ ਕੀਮਤੀ ਬਾਕ ਹੈ ਸੁਭਾਉ ਦੀ ਵਿਆਖਿਆ ਮੈਂਡਕ ਦਾ ਆਪਣਾ ਸੁਭਾਅ ਹੈ ਭੌਰੇ ਦਾ ਆਪਣਾ ਸੁਭਾਅ ਹੈ ਕਾਈ ਦਾ ਆਪਣਾ ਸੁਭਾਅ ਹੈ ਕਮਲ ਦਾ ਆਪਣਾ ਸੁਭਾਅ ਹੈ ਸਤ ਸੰਗ ਦੇ ਵਿੱਚ ਵੀ ਬਹੁਤੇ ਕੁਸੰਗੀ ਬੈਠੇ ਹੁੰਦੇ ਨੇ ਹੋ ਸਕਦਾ ਕਿਸੇ ਕੁਸੰਗ ਦੇ ਵਿੱਚ ਵੀ ਕੋਈ ਸਤ ਸੰਗੀ ਹੋਵੇ